ਹੈਲੋ ਐਵਰੀਵਨ, ਚਰਮ ਸਿੱਧੀ। ਅੱਜ ਮੈਂ ਤੁਹਾਡੀ ਮੈਰਿਡ ਲਾਈਫ ਦੇ ਲਈ ਪ੍ਰੇਅਰ ਕਰਾਂਗੀ। ਅਗਰ ਤੁਹਾਡੀ ਮੈਰਿਡ ਲਾਈਫ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਚੱਲ ਰਹੀ ਆ, ਕਿਸੇ ਵੀ ਤਰ੍ਹਾਂ ਦਾ ਕੋਈ ਲੜਾਈ ਝਗੜਾ ਚੱਲ ਰਿਹਾ ਆ, ਅਗਰ ਤੁਹਾਡੀ ਮੈਰਿਡ ਲਾਈਫ ਦੇ ਵਿੱਚ ਕੋਈ ਤੀਸਰਾ ਦਖਲ ਅੰਦਾਜ਼ੀ ਕਰ ਰਿਹਾ ਆ, ਔਰ ਤੁਹਾਨੂੰ ਲੱਗਦਾ ਆ ਕਿ ਕਿਸੇ ਦੀ ਵਜ੍ਹਾ ਦੇ ਨਾਲ, ਕਿਸੇ ਜਾਦੂ ਟੋਣੇ ਦੀ ਵਜ੍ਹਾ ਦੇ ਨਾਲ, ਕਿਸੇ ਮਨੁੱਖ ਦੀ ਵਜ੍ਹਾ ਦੇ ਨਾਲ, ਕਿਸੇ ਈਵਲ ਪਾਵਰ ਦੀ ਵਜ੍ਹਾ ਦੇ ਨਾਲ ਤੁਹਾਡੀ ਮੈਰਿਡ ਲਾਈਫ ਡਿਸਟਰਬ ਹੋ ਰਹੀ ਆ, ਤਾਂ ਯਕੀਨ ਕਰਿਓ ਅੱਜ ਪਰਮੇਸ਼ਵਰ ਦੀ ਦਾਸੀ ਤੁਹਾਡੇ ਲਈ ਪ੍ਰਾਰਥਨਾ ਕਰੇਗੀ। ਔਰ ਜਦੋਂ ਤੁਸੀਂ ਇਸ ਪ੍ਰਾਰਥਨਾ ਨੂੰ ਪੂਰੀ ਰੂਹ ਅਤੇ ਸੱਚਾਈ ਦੇ ਨਾਲ ਆਪਣੇ ਮਨ ਤੋਂ ਰਿਸੀਵ ਕਰੋਗੇ, ਤੁਸੀਂ ਆਪਣੇ ਅੰਦਰ ਲਓਗੇ, ਆਪਣੇ ਜੀਵਨ ਦੇ ਉੱਤੇ ਅਪਲਾਈ ਕਰੋਗੇ ਇਸ ਪ੍ਰੇਅਰ ਨੂੰ, ਤਾਂ ਮੈਂ ਯਕੀਨ ਕਰਦੀ ਹਾਂ ਕਿ ਤੁਸੀਂ ਇੱਕ ਗ੍ਰੇਟ ਪਾਵਰਫੁੱਲ ਬਿਗੈਸਟ ਟੈਸਟੀਮਨੀ ਦੇ ਨਾਲ, ਇੱਕ ਵੱਡੀ ਗਵਾਹੀ ਦੇ ਨਾਲ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਪਰਮੇਸ਼ਵਰ ਦੀ ਮਹਿਮਾ ਕਰੋਗੇ। ਸੋ ਆਓ ਆਪਣੇ ਦਿਲਾਂ ਨੂੰ ਖੋਲ੍ਹੋ, ਆਓ ਤੁਹਾਡੀ ਮੈਰਿਡ ਲਾਈਫ ਦੇ ਲਈ ਅਸੀਂ ਪ੍ਰਾਰਥਨਾ ਕਰਾਂਗੇ। ਸਰਵ ਸ਼ਕਤੀਮਾਨ ਖੁਦਾ ਜੀ, ਮੈਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੀ ਮੇਰੇ ਖੁਦਾ। ਪਿਆਰੇ ਪ੍ਰਭੂ ਜੀ, ਮੈਂ ਇਸ ਜੋੜੇ ਨੂੰ ਲੈ ਕੇ ਤੁਹਾਡੀ ਪਾਕ ਜਲਾਲੀ ਹਜ਼ੂਰੀ ਵਿੱਚ ਆਉਂਦੀ ਹਾਂ। ਖੁਦਾ, ਜੋ ਵੀ ਇਸ ਪ੍ਰਾਰਥਨਾ ਨੂੰ ਸੁਣ ਰਿਹਾ ਆ, ਪ੍ਰਭੂ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਜੋ ਵੀ ਵੈਰੀ ਦੀ ਸ਼ਕਤੀ ਇਹਨਾਂ ਦੀ ਮੈਰਿਡ ਲਾਈਫ ਦੇ ਵਿੱਚ ਕੰਮ ਕਰ ਰਹੀ ਆ, ਜੋ ਵੀ ਕਿਸੇ ਮਨੁੱਖ ਦੀ ਯੋਜਨਾ ਜਿਹੜੀ ਇਹਨਾਂ ਦੀ ਮੈਰਿਡ ਲਾਈਫ ਨੂੰ ਡਿਸਟਰਬ ਕਰ ਰਹੀ ਆ, ਪ੍ਰਭੂ ਯਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੈਂ ਉਹਨੂੰ ਕੈਂਸਲ ਕਰਦੀ ਹਾਂ। ਹਰੇਕ ਈਵਲ ਪਲੈਨਿੰਗ ਨੂੰ ਕੈਂਸਲ ਕਰਦੀ ਹਾਂ ਪ੍ਰਭੂ ਯਸੂ ਮਸੀਹ ਜੀ ਦੇ ਨਾਮ 'ਚ। ਹਰ ਜਾਦੂ ਟੋਣੇ ਦੀ ਸ਼ਕਤੀ ਨੂੰ, ਹਰੇਕ ਉਸ ਇਲਮ ਨੂੰ ਜੋ ਇਹਨਾਂ ਦੀ ਮੈਰਿਡ ਲਾਈਫ ਦੇ ਖਿਲਾਫਤ ਦੇ ਵਿੱਚ ਕੀਤਾ ਗਿਆ ਆ, ਹਰੇਕ ਉਹ ਸਰਾਪ ਜੋ ਇਹਨਾਂ ਦੀ ਮੈਰਿਡ ਲਾਈਫ ਦੇ ਖਿਲਾਫਤ 'ਚ ਐਕਟੀਵੇਟ ਆ, ਪ੍ਰਭੂ ਯਸੂ ਮਸੀਹ ਦੇ ਨਾਮ ਦੇ ਵਿੱਚ ਅੱਜ ਬ੍ਰੇਕ ਕਰਦੇ ਹਾਂ, ਕੈਂਸਲ ਕਰਦੇ ਹਾਂ, ਰਬਿਊਕ ਕਰਦੇ ਹਾਂ। ਔਰ ਹਰੇਕ ਵੈਰੀ ਦੀ ਸ਼ਕਤੀ ਨੂੰ ਮੈਂ ਕਮੈਂਡ ਕਰਦੀ ਹਾਂ ਕਿ ਇਹਨਾਂ ਦੀ ਮੈਰਿਡ ਲਾਈਫ ਨੂੰ ਛੱਡ ਕੇ ਜਾਏ ਪ੍ਰਭੂ ਯਸੂ ਮਸੀਹ ਦੇ ਨਾਮ 'ਚ। ਹਰੇਕ ਉਹ ਤੀਸਰਾ ਮਨੁੱਖ, ਚਾਹੇ ਉਹ ਮਰਦ ਆ ਜਾਂ ਔਰਤ ਆ, ਜੋ ਕਿਸੇ ਵੀ ਤਰੀਕੇ ਦੀ ਇੰਟਰਫੇਰੈਂਸ ਕਰ ਰਿਹਾ ਇਹਨਾਂ ਦੀ ਮੈਰਿਡ ਲਾਈਫ ਦੇ ਅੰਦਰ, ਦਖਲ ਅੰਦਾਜ਼ੀ ਦੇ ਰਿਹਾ ਆ, ਇਹਨਾਂ ਦੀ ਮੈਰਿਡ ਲਾਈਫ ਨੂੰ ਸਪੋਇਲ ਕਰਨ ਦੀ ਕੋਸ਼ਿਸ਼ ਕਰਦਾ ਆ, ਨਾਸ਼ ਕਰਨ ਦੀ ਕੋਸ਼ਿਸ਼ ਕਰਦਾ ਆ, ਅੱਜ ਮੈਂ ਉਹਦੀਆਂ ਸਾਰੀਆਂ ਪਲੈਨਿੰਗਸ ਨੂੰ ਕੈਂਸਲ ਕਰਦੀ ਹਾਂ। ਵਚਨ ਦੇ ਵਿੱਚ ਲਿਖਿਆ, ਹਰ ਹਥਿਆਰ ਜਿਹੜਾ ਤੁਹਾਡੇ ਵਿਰੁੱਧ ਬਣਾਇਆ ਗਿਆ ਉਹ ਨਿਕੰਮਾ ਆ। ਸੱਚਮੁੱਚ ਉਹ ਹਥਿਆਰ ਨਿਕੰਮੇ ਹੋ ਚੁੱਕੇ ਆ, ਵੈਰੀ ਦੇ ਦੁਆਰਾ ਬਣਾਏ ਹੋਏ ਸਾਰੇ ਹਥਿਆਰ ਜੋ ਇਹਨਾਂ ਦੀ ਮੈਰਿਡ ਦੇ, ਮੈਰਿਡ ਲਾਈਫ ਦੇ ਅਗੇਂਸਟ ਆ, ਅੱਜ ਉਹ ਨਿਕੰਮੇ ਹੋ ਚੁੱਕੇ ਪ੍ਰਭੂ ਯਸੂ ਮਸੀਹ ਦੇ ਨਾਮ 'ਚ। ਹਰੇਕ ਉਹ ਸ਼ਬਦ ਜੋ ਇਹਨਾਂ ਦੀ ਮੈਰਿਡ ਲਾਈਫ ਦੇ ਅਗੇਂਸਟ ਬੋਲਿਆ ਗਿਆ ਆ, ਪ੍ਰਭੂ ਯਸੂ ਮਸੀਹ ਦੇ ਨਾਮ 'ਚੋਂ ਕੈਂਸਲ ਹੋ ਚੁੱਕਾ। ਹਰੇਕ ਲੜਾਈ ਝਗੜੇ ਦਾ ਆਤਮਾ ਜੋ ਇਹਨਾਂ ਦੀ ਲਾਈਫ ਦੇ ਵਿੱਚ ਕੰਮ ਕਰ ਰਿਹਾ, ਹਸਬੈਂਡ ਵਾਈਫ ਦੀ ਲਾਈਫ ਦੇ ਵਿੱਚ ਕੰਮ ਕਰ ਰਿਹਾ, ਅੱਜ ਉਹ ਇਹਨਾਂ ਨੂੰ ਛੱਡ ਕੇ ਜਾਏ ਪ੍ਰਭੂ ਯਸੂ ਮਸੀਹ ਦੇ ਨਾਮ ਦੇ ਵਿੱਚ। ਹਰੇਕ ਉਹ ਸ਼ਬਦ ਦੀ ਪਾਵਰ ਜੋ ਇਹਨਾਂ ਦੇ ਅਗੇਂਸਟ ਬੋਲੀ ਗਈ ਆ, ਅੱਜ ਮੈਂ ਉਹਨੂੰ ਕੈਂਸਲ ਕਰਦੀ ਹਾਂ ਪ੍ਰਭੂ ਯਸੂ ਮਸੀਹ ਜੀ ਦੇ ਜ਼ਿੰਦਾ ਨਾਮ ਦੇ ਵਿੱਚ। ਹਰੇਕ ਉਹ ਬੁਰਾਈ, ਹਰੇਕ ਉਹ ਸ਼ੱਕ, ਹਰੇਕ ਉਹ ਵਹਿਮ ਜੋ ਇਹਨਾਂ ਦੀ ਮੈਰਿਡ ਲਾਈਫ ਦੇ ਅੰਦਰ ਕੰਮ ਕਰ ਰਿਹਾ, ਪ੍ਰਭੂ ਯਸੂ ਮਸੀਹ ਦੇ ਨਾਮ 'ਚ ਅੱਜ ਮੈਂ ਉਹਦੀ ਪਾਵਰ ਨੂੰ ਕੈਂਸਲ ਕਰਦੀ ਹਾਂ। ਸਾਰਾ ਸ਼ੱਕ, ਵਹਿਮ, ਗਲਤ ਫਹਿਮੀਆਂ ਹਮੇਸ਼ਾ ਲਈ ਇਹਨਾਂ ਦੇ ਜੀਵਨ ਦੇ ਵਿੱਚੋਂ ਖਤਮ ਹੋ ਜਾਣ। ਖੁਦਾਵੰਦ ਜੀ, ਮੈਂ ਪ੍ਰਾਰਥਨਾ ਕਰਦੀ ਹਾਂ ਪਵਿੱਤਰ ਆਤਮਾ ਸਭਨਾਂ ਗੱਲਾਂ ਦੇ ਵਿਖੇ ਇਹਨਾਂ ਦੀ ਅਗਵਾਈ ਕਰੇ, ਪਵਿੱਤਰ ਆਤਮਾ ਸਭਨਾਂ ਗੱਲਾਂ ਦੇ ਵਿਖੇ ਇਹਨਾਂ ਦੀ ਅਗਵਾਈ ਕਰੇ। ਸਾਰਾ ਗੁੱਸਾ ਇਹਨਾਂ ਦੇ ਸਪਾਊਸ ਦੇ ਅੰਦਰੋਂ ਜਾਂਦਾ ਰਹੇ, ਸਾਰਾ ਗੁੱਸਾ ਇਹਨਾਂ ਦੀ ਰਿਲੇਸ਼ਨਸ਼ਿਪ ਦੇ ਅੰਦਰੋਂ ਜਾਂਦਾ ਰਹੇ। ਖੁਦਾਵੰਦ, ਖੁਦਾ ਮੈਂ ਪ੍ਰਾਰਥਨਾ ਕਰਦੀ ਹਾਂ ਇਹਨਾਂ ਨੂੰ ਸ਼ਾਂਤੀ ਆਏ, ਖੁਦਾ ਇਹਨਾਂ ਨੂੰ ਆਨੰਦ ਆਏ, ਇਹਨਾਂ ਨੂੰ ਆਰਾਮ ਆਏ, ਇਹਨਾਂ ਨੂੰ ਪੇਸ਼ੈਂਸ ਮਿਲੇ, ਇਹਨਾਂ ਨੂੰ ਸਬਰ ਦਾ ਆਤਮਾ ਮਿਲੇ ਮੇਰੇ ਪ੍ਰਭੂ ਜੀ, ਇਹਨਾਂ ਨੂੰ ਗਿਆਨ ਸਮਝ ਅਤੇ ਪ੍ਰਕਾਸ਼ ਦਾ ਆਤਮਾ ਮਿਲੇ ਮੇਰੇ ਖੁਦਾਵੰਦ ਖੁਦਾ ਜੀ, ਔਰ ਇਹਨਾਂ ਦੀ ਮੈਰਿਡ ਲਾਈਫ ਇੱਕ ਖੁਸ਼ਹਾਲ ਮੈਰਿਡ ਲਾਈਫ ਹੋ ਜਾਏ, ਇਹਨਾਂ ਦਾ ਵਿਆਹਤਾ ਜੀਵਨ ਖੁਸ਼ੀ ਨਾਲ ਭਰਪੂਰ ਵਿਆਹਤਾ ਜੀਵਨ ਹੋ ਜਾਏ, ਇਸ ਮੈਰਿਡ ਲਾਈਫ ਨੂੰ ਇੰਜੋਏ ਕਰ ਸਕਣ, ਸੈਲੀਬ੍ਰੇਟ ਕਰ ਸਕਣ ਮੇਰੇ ਖੁਦਾ। ਅਰੇ ਬਹੁਤ ਲੋਕਾਂ ਦੇ ਲਈ ਇੱਕ ਚੰਗੀ ਇਗਜ਼ਾਮਪਲ ਨੂੰ ਸੈੱਟ ਕਰ ਸਕਣ। ਅੱਜ ਮੈਂ ਪ੍ਰਾਰਥਨਾ ਕਰਦੀ, ਅਗਰ ਇਹਨਾਂ ਦਾ ਸਪਾਊਸ ਇਹਨਾਂ ਨੂੰ ਛੱਡ ਕੇ ਜਾ ਚੁੱਕਿਆ ਹੈ, ਇਹਨਾਂ ਦੀ ਵਾਈਫ ਜਾਂ ਹਸਬੈਂਡ ਇਹਨਾਂ ਨੂੰ ਛੱਡ ਕੇ ਜਾ ਚੁੱਕਿਆ, ਵਾਪਸ ਆ ਜਾਏ ਪ੍ਰਭੂ ਯਸੂ ਮਸੀਹ ਦੇ ਨਾਮ ਦੇ ਵਿੱਚ। ਮੈਂ ਆਤਮਾ ਦੇ ਵਿੱਚ ਉਹਨੂੰ ਕਮੈਂਡ ਕਰਦੀ ਹਾਂ ਕਿ ਉਹ ਵਾਪਸ ਆਏ, ਮੈਂ ਉਹਦੇ ਸਪਿਰਿਟ ਨੂੰ ਕਮੈਂਡ ਕਰਦੀ ਹਾਂ ਕਿ ਉਹ ਆਪਣੇ ਸਪਾਊਸ ਦੇ ਕੋਲ ਵਾਪਸ ਆ ਜਾਏ, ਉਹ
ਆਪਣੀ ਪਤਨੀ ਦੇ ਕੋਲ ਵਾਪਸ ਆਏ, ਉਹ ਆਪਣੇ ਪਤੀ ਦੇ ਕੋਲ ਵਾਪਸ ਆ ਜਾਏ। ਪ੍ਰਭੂ ਯਸੂ ਮਸੀਹ ਦੇ ਨਾਮ 'ਚ ਹਰ ਤਰ੍ਹਾਂ ਦੀਆਂ ਦੂਰੀਆਂ ਖਤਮ ਹੋ ਜਾਣ, ਹਰ ਤਰ੍ਹਾਂ ਦੀਆਂ ਦੂਰੀਆਂ ਖਤਮ ਹੋ ਜਾਣ, ਹਰ ਤਰ੍ਹਾਂ ਦੀ ਨਫ਼ਰਤ ਇਹਨਾਂ ਦੇ ਰਿਸ਼ਤੇ ਦੇ ਅੰਦਰੋਂ ਖਤਮ ਹੋ ਜਾਏ, ਹਰ ਤਰ੍ਹਾਂ ਦੀ ਈਰਖਾ ਇਹਨਾਂ ਦੇ ਰਿਸ਼ਤੇ ਦੇ ਅੰਦਰੋਂ ਖਤਮ ਹੋ ਜਾਏ। ਹਰੇਕ ਉਹ ਵੈਰੀ ਦੀ ਪਲੈਨਿੰਗ ਜਿਹੜੀ ਇਹਨਾਂ ਦੀ ਲਾਈਫ ਦੇ ਅਗੇਂਸਟ ਹੈ, ਮੈਰਿਡ ਲਾਈਫ ਦੇ ਅਗੇਂਸਟ ਹੈ, ਪ੍ਰਭੂ ਯਸੂ ਮਸੀਹ ਦੇ ਨਾਮ ਦੇ ਵਿੱਚ ਜਾਂਦੀ ਰਹੇ। ਹਰੇਕ ਉਹ ਵਜ੍ਹਾ ਜਿਸ ਵਜ੍ਹਾ ਦੇ ਨਾਲ ਇਹ ਦੂਰ ਹੋ ਰਹੇ ਇੱਕ ਦੂਜੇ ਤੋਂ, ਪ੍ਰਭੂ ਯਸੂ ਮਸੀਹ ਦੇ ਨਾਮ ਦੇ ਵਿੱਚ ਉਸ ਵਜ੍ਹਾ ਨੂੰ ਅਸੀਂ ਰੱਦ ਕਰਦੇ ਹਾਂ, ਉਸ ਕਾਰਨ ਨੂੰ ਅਸੀਂ ਰੱਦ ਕਰਦੇ ਹਾਂ। ਡਿਵੋਰਸ ਕੈਂਸਲ ਹੋ ਜਾਣ ਪ੍ਰਭੂ ਯਸੂ ਮਸੀਹ ਦੇ ਨਾਮ 'ਚ, ਡਿਵੋਰਸ ਕੈਂਸਲ ਹੋ ਜਾਣ ਪ੍ਰਭੂ ਯਸੂ ਮਸੀਹ ਜੀ ਦੇ ਨਾਮ 'ਚ। ਖੁਦਾ ਤੁਸੀਂ ਇਹਨਾਂ ਦੀ ਮੈਰਿਡ ਲਾਈਫ ਨੂੰ ਹੀਲ ਕਰ ਦਿਓ ਮੇਰੇ ਪਿਤਾ ਪਰਮੇਸ਼ਵਰ, ਇਹਨਾਂ ਦੀ ਮੈਰਿਡ ਲਾਈਫ ਮੇਰੇ ਪ੍ਰਭੂ ਜੋਏਫੁੱਲ ਮੈਰਿਡ ਲਾਈਫ ਹੋ ਜਾਏ। ਮੈਂ ਡਿਕਲੇਅਰ ਕਰਦੀ ਹਾਂ, ਵਿਸ਼ਵਾਸ ਰੱਖ ਕੇ ਪਰਮੇਸ਼ਵਰ ਦੇ ਉੱਤੇ ਡਿਕਲੇਅਰ ਕਰਦੀ ਹਾਂ ਕਿ ਇਹਨਾਂ ਦੀ ਮੈਰਿਡ ਲਾਈਫ ਰਿਸਟੋਰ ਹੋ ਰਹੀ ਆ, ਇਹਨਾਂ ਦਾ ਵਿਆਹਤਾ ਜੀਵਨ ਨਵੇਂ ਸਿਰੇ ਤੋਂ ਖੁਸ਼ਹਾਲ ਹੋ ਰਿਹਾ ਆ, ਫਿਰ ਤੋਂ ਨਵੇਂ ਸਿਰੇ ਤੋਂ ਸਥਾਪਿਤ ਹੋ ਰਿਹਾ, ਰਿਸਟੋਰ ਹੋ ਰਹੀ ਇਹਨਾਂ ਦੀ ਮੈਰਿਜ ਲਾਈਫ। ਖੁਦਾਵੰਦ ਖੁਦਾ ਮੈਂ ਤੁਹਾਡਾ ਧੰਨਵਾਦ ਕਰਦੀ ਕਿ ਤੁਸੀਂ ਇਹਨਾਂ ਨੂੰ ਇੱਕ ਦੂਜੇ ਦੇ ਨੇੜੇ ਲੈ ਕੇ ਆ ਰਹੇ, ਇੱਕ ਦੂਜੇ ਦੇ ਨੇੜੇ ਆ ਰਹੇ ਆ, ਇੱਕ ਦੂਜੇ ਦੇ ਨੇੜੇ ਆ ਰਹੇ ਆ, ਪਿਆਰ ਵੱਧ ਰਿਹਾ ਆ ਯਸੂ ਮਸੀਹ ਜੀ ਦੇ ਜ਼ਿੰਦਾ ਨਾਮ ਦੇ ਵਿੱਚ। ਆਪਸ ਵਿੱਚ ਇਹਨਾਂ ਦਾ ਪਿਆਰ ਵੱਧ ਰਿਹਾ ਆ, ਵਿਸ਼ਵਾਸ ਵੱਧ ਰਿਹਾ ਇੱਕ ਦੂਜੇ ਦੇ ਪ੍ਰਤੀ, ਇੱਕ ਦੂਜੇ ਦੀਆਂ ਗਲਤੀਆਂ ਨੂੰ ਮਾਫ਼ ਕਰਨ ਵਾਲਾ ਖੁਦਾ ਤੁਸੀਂ ਮਨ ਦੇ ਦਿੱਤਾ, ਇਹ ਆਪਣੀਆਂ ਗਲਤੀਆਂ ਨੂੰ ਇੱਕ ਦੂਜੇ ਦੇ ਸਾਹਮਣੇ ਸਬਮਿਟ ਕਰਦੇ, ਇੱਕ ਆਪਣੀਆਂ ਗਲਤੀਆਂ ਦਾ ਇਕਰਾਰ ਕਰਦੇ ਇੱਕ ਦੂਜੇ ਦੇ ਸਾਹਮਣੇ, ਆਪਣੀਆਂ ਗਲਤੀਆਂ ਨੂੰ ਛੱਡਣ ਦਾ ਮਨ ਬਣਾ ਰਹੇ ਆ, ਆਪਣੀਆਂ ਗਲਤੀਆਂ ਨੂੰ ਛੱਡਣ ਦਾ ਫੈਸਲਾ ਲੈ ਰਹੇ ਆ। ਅਰ ਖੁਦਾ ਮੈਂ ਯਕੀਨ ਕਰਦੀ ਹਾਂ ਕਿ ਤੁਹਾਡਾ ਆਤਮਾ ਇਹਨਾਂ ਦੀ ਮਦਦ ਕਰ ਰਿਹਾ, ਹਰ ਕਮੀ ਨੂੰ ਤੁਸੀਂ ਇਹਨਾਂ 'ਚੋਂ ਦੂਰ ਕਰ ਰਹੇ ਆ, ਹਰ ਕਮਜ਼ੋਰੀ ਨੂੰ ਤੁਸੀਂ ਇਹਨਾਂ 'ਚੋਂ ਦੂਰ ਕਰ ਰਹੇ ਆ। ਖੁਦਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ, ਧੰਨਵਾਦ ਕਰਦੀ ਹਾਂ ਮੇਰੇ ਖੁਦਾ ਕਿ ਤੁਸੀਂ ਇਹਨਾਂ ਦੇ ਵਿਆਹਤਾ ਜੀਵਨ ਨੂੰ ਟੁੱਟਣ ਤੋਂ ਬਚਾ ਲਿਆ ਮੇਰੇ ਖੁਦਾ ਜੀ, ਤੁਸੀਂ ਇਹਨਾਂ ਦੀ ਮੈਰਿਡ ਲਾਈਫ ਨੂੰ ਬ੍ਰੇਕ ਹੋਣ ਤੋਂ ਬਚਾ ਲਿਆ ਮੇਰੇ ਖੁਦਾ, ਤੁਸੀਂ ਰਿਸਟੋਰ ਕਰ ਦਿੱਤਾ ਮੇਰੇ ਖੁਦਾ ਵੰਦ ਖੁਦਾ ਜੀ, ਔਰ ਤੁਸੀਂ ਮਜ਼ਬੂਤ ਕਰ ਦਿੱਤਾ ਮੇਰੇ ਖੁਦਾ। ਮੈਂ ਧੰਨਵਾਦ ਕਰਦੀ ਹਾਂ ਮੇਰੇ ਪ੍ਰਭੂ ਜੀ, ਇਹਨਾਂ ਦੀ ਮੈਰਿਡ ਲਾਈਫ ਫਰੂਟਫੁੱਲ ਹੋਏ, ਜਿਵੇਂ ਪ੍ਰਭੂ ਤੁਸੀਂ ਆਦਮ ਅਤੇ ਹਵਾ ਨੂੰ ਆਸ਼ੀਸ਼ ਦਿੱਤੀ, ਖੁਦਾ ਅੱਜ ਤੁਹਾਡੀ ਦਾਸੀ ਇਹਨਾਂ ਦੇ ਉੱਤੇ ਆਸ਼ੀਸ਼ ਦੀ ਘੋਸ਼ਣਾ ਕਰਦੀ ਆ, ਇਹ ਵਧਣ ਫਲਣ ਅਤੇ ਧਰਤੀ ਨੂੰ ਭਰਨ, ਅਰੇ ਇਹਨਾਂ ਦੀ ਜ਼ਿੰਦਗੀ ਖੁਸ਼ਹਾਲ ਜ਼ਿੰਦਗੀ ਹੋਏ, ਪ੍ਰਭੂ ਯਸੂ ਮਸੀਹ ਦੇ ਜ਼ਿੰਦਾ ਨਾਮ 'ਚ ਪਿਤਾ ਪਰਮੇਸ਼ਵਰ ਜੀ ਦੇ ਕੋਲੋਂ ਮੰਗਦੇ ਹਾਂ। ਆਮੇਨ, ਆਮੇਨ, ਹਾਲੇਲੂਇਆ, ਥੈਂਕ ਯੂ ਜੀਸਸ। ਮੈਂ ਯਕੀਨ ਕਰਦੀ ਹਾਂ ਕਿ ਸੱਚਮੁੱਚ ਤੁਸੀਂ ਇੱਕ ਵੱਡੀ ਗਵਾਹੀ ਦੇ ਨਾਲ ਆ ਰਹੇ ਹਾਂ, ਔਰ ਤੁਹਾਡੀ ਹਸਬੈਂਡ ਵਾਈਫ ਦੀ ਰਿਲੇਸ਼ਨਸ਼ਿਪ ਬਿਊਟੀਫੁੱਲ ਰਿਲੇਸ਼ਨਸ਼ਿਪ ਹੋ ਰਹੀ ਆ, ਸਾਰੀਆਂ ਬੁਰੀਆਂ ਆਦਤਾਂ, ਸਾਰਾ ਬੁਰਾ ਸੁਭਾਅ, ਸਾਰੀ ਕੁੜੱਪਣ, ਸਾਰੀ ਈਰਖਾ ਤੁਹਾਨੂੰ ਛੱਡ ਕੇ ਜਾ ਰਹੀ ਆ, ਔਰ ਹਰੇਕ ਉਹ ਤੀਸਰਾ, ਚਾਹੇ ਉਹ ਦੁਸ਼ਟ ਆਤਮਾ ਆ, ਚਾਹੇ ਉਹ ਕੋਈ ਮਰਦ ਆ, ਚਾਹੇ ਕੋਈ ਔਰਤ ਆ, ਚਾਹੇ ਕੋਈ ਫੈਮਿਲੀ ਮੈਂਬਰ ਆ, ਜਿਹੜਾ ਵੀ ਤੁਹਾਡੀ ਮੈਰਿਡ ਲਾਈਫ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ, ਖੁਦਾ ਤੁਹਾਨੂੰ ਪ੍ਰੋਟੈਕਟ ਕਰ ਰਿਹਾ, ਤੁਸੀਂ ਖੁਦਾ ਦੇ ਖੰਭਾਂ ਦੇ ਹੇਠ ਸੁਰੱਖਿਅਤ ਆ, ਔਰ ਹੁਣ ਤੋਂ ਲਾ ਕੇ ਕਿਸੇ ਵੀ ਈਵਲ ਦਾ, ਕਿਸੇ ਵੀ ਈਵਲ ਮਨੁੱਖ ਦਾ, ਕਿਸੇ ਈਵਲ ਸਪਿਰਿਟ ਦਾ ਤੁਹਾਡੇ ਉੱਤੇ ਕੋਈ ਅਸਰ ਨਹੀਂ ਆ, ਕਿਸੇ ਜਾਦੂ ਟੋਣੇ ਦਾ ਤੁਹਾਡੇ ਉੱਤੇ ਕੋਈ ਅਸਰ ਨਹੀਂ ਆ, ਤੁਸੀਂ ਬਲੈਸਡ ਆ। ਆਮੇਨ।